पंजाब गवर्नमेंट नूं चाहिए कि जिदा ना बच्चा मार दे ना उन्होंने माँ प्यो ने भी नाल मार दो। किसी ने इंसाफ तो नहीं किया कि नहीं से उस लटिनकर गुप्ता के हाथ से और चाहते तो उन्होंने तो घंटे बाद ही पता लग गया होना मर्डर किने कराया। मैं नहीं मानती कि उन्होंने नहीं पता सगा, मैं नहीं मानती कि कैप्टन अमरिंदर नहीं सी पता, सब इन्होंने पता सगा कि कुड़ी कादे लई मारी। मेरी बेटी नूं इन्ने फोन आंदे हुंदे सी उत्थे नशा बिकदा उत्थे नशा बिकदा, ओह तो बर्दाश्त नहीं सी हुंदा। सरकार ने बहुत वधिया कीता, मारता कुड़ी नूं खतम करता, किस्सा ही खतम करता। तो सरकार इस तो बात की कर सकती है। ऐलान भी कीता सी कि मदद दो आप। कैप्टन अमरिंदर सिंह ने कहा जी मैं कुड़ी नूं 31 लाख रुपया देना, जिदों च 11-12 लाख तो मेरी अपनी कुड़ी दा ही है, ओहदे अपने फंड सीगे। 18-20 लाख 19 लाख असीं लैके की करना, और असीं लैणा भी नहीं है। मैं तां कहिआ मैं कि अपने बच्चे मरवाउण, मैं दिंदी हां 20 लाख रुपया, दर्द तां देखण की हुंदा माँ बाप। पंजाब दे विच जदों ड्रग दा जिक्र हुंदा है तां फिर उस धाकड़ महिला अफसर नेहा सोरी का भी जिक्र होंदा है, जिसनों साल 2019 दे विच मार्च के महीने दफ्तर दे विच गोलियां मार के कत्ल कर दिता सी। ये तो कहते हैं कि पोस्टमार्टम रिपोर्ट जी है वो हिसाब न कहते जी 4 गोलियां लगियां, 2 गोलियां जिहड़ियां बचियां सी उन्हें अपने आप नूं मार लिया, पर नेहा दे शरीर ते 8 निशान सी। किसी ने तो दसिया उन्हें कि इस वेले दफ्तर च कोई नहीं आ जाओ, और वो मुँह ते कोई कपड़ा नहीं सीगा, कुछ भी नहीं सीगा। इन्होंने ਉਹਨੂੰ ਮਾਰਿਆ, ਪੁਲਿਸ ਵਾਲਿਆਂ ਨੇ ਉਹਨੂੰ ਮਾਰਿਆ ਜਿਸਨੇ ਵੀ ਮਰਡਰ ਕਰਵਾਇਆ ਨੇਹਾ ਦਾ। ਉਹਨਾਂ ਨੇ ਉਹਨਾਂ ਨੂੰ ਉਸ ਬੰਦੇ ਨੂੰ ਮਾਰਨਾ ਪਿਆ ਕਿਉਂਕਿ ਉਸ ਬੰਦੇ ਦੀ ਸ਼ਕਲ ਸਾਹਮਣੇ ਆ ਗਈ ਸੀਗੀ। ਔਰ ਇਹਨਾਂ ਨੇ ਕਹਾਣੀ ਬਣਾਈ, ਉਹ ਬੜਾ ਗਰੀਬ ਸੀਗਾ, ਉਹਦੇ ਕੋਲ ਖਾਣ ਨੂੰ ਪੈਸੇ ਨਹੀਂ, ਨੇਹਾ ਨੇ ਉਹਦਾ ਲਾਇਸੈਂਸ ਕੈਂਸਲ ਕਰਤਾ ਸੀ, ਬਿਲਕੁਲ ਗਲਤ ਸੀਗਾ। ਮੈਂ ਤੁਹਾਡੀ ਗੱਲ ਰੋਕਦਾ, ਇਸ ਗੱਲ ਦੇ ਹੁਣ ਪੁਖਤਾ ਸਬੂਤ ਤੁਹਾਡੇ ਕੋਲ ਹੈ ਨੇ ਕਿ ਆਪਣੇ ਘਰ ਦੇ ਨੇੜੇ ਉਹ ਅਰੇਕੀ ਕਰਦਾ ਰਿਹਾ, ਉਹਨੇ 6 ਮਹੀਨੇ ਨੌਕਰੀ? ਸਾਡੇ ਕੋਲ ਪੁਖਤਾ ਸਬੂਤ ਨਹੀਂ ਹੈ। ਮਲਿਕ ਨਰਸਿੰਘ ਹੋਮ ਤੋਂ ਪੁੱਛ ਲੈਣਾ ਚਾਹੀਦਾ ਨਾ, ਪੁਲਿਸ ਵਾਲਿਆਂ ਨੇ ਪੁੱਛਣਾ ਉਹਨਾਂ ਨੂੰ। ਮਰਨ ਕੀ ਗਏ ਕਹਿੰਦੇ ਆਤਮ ਹੱਤਿਆ ਕੀਤੀ, ਜੇ ਉਹਨੇ ਆਤਮ ਹੱਤਿਆ ਕੀਤੀ ਤਾਂ ਇਹਨਾਂ ਨੂੰ ਉਹਨੂੰ ਇੰਸ਼ੋਰੈਂਸ ਦਾ ਪੈਸਾ ਕਿੱਦਾਂ ਮਿਲਿਆ? ਜੀ ਜਦੋਂ ਇਸ ਤਰ੍ਹਾਂ ਦੇ ਰੇਡਾਂ ਹੁੰਦੀਆਂ ਸੀ ਕੀ ਤੁਹਾਡੇ ਨਾਲ ਗੱਲਬਾਤ ਹੁੰਦੀ, ਕੋਈ ਧਮਕੀ ਵਗੈਰਾ ਵੀ ਮਿਲਦੀ ਸੀ? ਨਹੀਂ, ਧਮਕੀ ਨਹੀਂ ਮਿਲਦੀ ਸੀ ਉਹਨੂੰ ਕਦੇ ਵੀ, ਜਿਹਨੇ ਵੀ ਉਹ ਦੱਸਦੀ ਨਹੀਂ ਸੀ। ਬਹੁਤ ਬਹਾਦਰ ਸੀ, ਉਹ ਡਰਦੀ ਵੀ ਨਹੀਂ, ਉਹ ਚਲੀ ਜਾਂਦੀ ਸੀ 1:30-2 ਵਜੇ ਚਲੀ ਜਾਂਦੀ ਸੀ ਰੇਡ ਮਾਰਨ ਦੀ। ਤੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਨਹੀਂ, ਇੰਟਰੋਗੇਟ ਵੀ ਨਹੀਂ ਕੀਤਾ। ਅਸੀਂ ਕਿਹਾ ਤੁਸੀਂ ਕਿਸੇ ਨੂੰ ਫੜਿਆ ਹੋਣਾ, 2 ਥੱਪੜ ਮਾਰੋ ਤਾਂ ਮੁੰਡਾ, ਪੰਜਾਬ ਪੁਲਿਸ ਤਾਂ ਕੁੱਟ ਕੁੱਟ ਕੇ ਜਾਨ ਲੋਕਾਂ ਦੀ ਕੱਢ ਦਿੰਦੀ ਹੈ, ਬੰਦੇ ਦੇ 2 ਥੱਪੜ ਲਗਾਓ ਸੱਚਾਈ ਬੋਲੇਗਾ। ਅਸੀਂ ਕਿਹਾ ਸਾਡੇ ਸਾਹਮਣੇ ਬੁਲਾਓ ਉਹਨੂੰ, ਕਿ ਉਹ ਕੁਰਮੀਤ ਸਿੰਘ ਹੈ ਨਹੀਂ ਸੀਗਾ ਇਹ। ਪੰਜਾਬ ਪੁਲਿਸ ਕਹਿੰਦੀ ਨਹੀਂ ਉਹਦੇ ਰਿਟਨ ਬਿਆਨ ਹੈ, ਅਸੀਂ ਫਿਰ ਪਤਾ ਕਰਦੇ ਹਾਂ ਜੀ। ਕਾਹਦਾ ਤੁਸੀਂ ਪਤਾ ਕਰੋ? ਕੋਈ ਇਹਨਾਂ ਨੇ ਫੋਰੈਂਸਿਕ ਨਹੀਂ ਕਰਾਈ, ਕੋਈ ਇਹਨਾਂ ਨੇ ਪੋਸਟਮਾਰਟਮ ਰਿਪੋਰਟ ਨਹੀਂ ਭੇਜੀ ਫੋਰੈਂਸਿਕ 'ਚ, ਕੋਈ ਬੈਲਿਸਟਿਕ ਨਹੀਂ ਕਰਾਈ। ਇਹਨਾਂ ਨੇ ਬਸ ਇੱਕ ਕਹਾਣੀ ਲਿਖ ਕੇ ਕਿ 11 ਸਾਲ ਦੀ ਉਹਦੀ ਦੁਸ਼ਮਣੀ ਸੀ, ਨੇਹਾ ਨੇ ਲਾਇਸੈਂਸ ਕੈਂਸਲ ਕੀਤਾ ਸੀਗਾ, ਉਹ ਦੁਸ਼ਮਣੀ 11 ਸਾਲ ਪਾਲਦਾ ਰਿਹਾ ਔਰ ਉਸਨੇ ਇਹਨੂੰ ਆ ਕੇ ਮਾਰਤਾ। ਜਦੋਂ ਇਹਨਾਂ ਨੇ ਕਲੋਜ਼ਰ ਰਿਪੋਰਟ ਸਾਨੂੰ ਬਾਅਦ ਵਿੱਚੋਂ ਪਤਾ ਲੱਗਾ, ਅਸੀਂ ਇਹਨਾਂ ਨੂੰ ਕਿਹਾ ਸਾਡੀ FIR ਲਿਖੋ, ਇਹਨਾਂ ਨੇ ਕਿਹਾ ਜੀ FIR ਦਫ਼ਤਰ ਵਾਲਿਆਂ ਨੇ ਕਰਾਤੀ। ਦਫ਼ਤਰ ਵਾਲਿਆਂ ਨੇ ਇੱਕ ਟੈਂਪਰੇਰੀ ਇੰਪਲੋਈ ਜਿਹੜਾ ਕਿ ਕੰਪਿਊਟਰ ਆਪਰੇਟਰ ਹੈ ਉਹ ਤੋਂ ਇਹਨਾਂ ਨੇ ਕਰਵਾਈ, ਜਦੋਂ ਕਿ ਉੱਥੇ ਜੁਆਇੰਟ ਡਾਇਰੈਕਟਰ ਸੀਗਾ, ਉੱਥੇ ਬੜੇ ਅਫਸਰ ਸੀਗੇ, ਉਹਨਾਂ ਨੇ ਕਿਉਂ ਨਹੀਂ ਕਰਵਾਈ ਉਹਦੀ FIR? ਪੁਲਿਸ ਵਾਲਿਆਂ ਨੇ ਕਿਉਂ ਨਹੀਂ ਪੁੱਛਿਆ ਕਿ ਟੈਂਪਰੇਰੀ ਇੰਪਲੋਈ ਦੀ ਕੀ ਹਿੰਮਤ ਹੈ ਮੇਰੀ ਕੁੜੀ ਦੀ ਅਫਸਰ ਦੀ ਆਪਣੇ ਦੀ FIR ਕਰਾਵੇ? ਫਿਰ ਪੇਰੈਂਟਸ ਦੀ ਕਿਉਂ ਨਹੀਂ ਕੀਤੀ ਗਈ FIR? ਸਕੂਲ ਵੀ ਅਸਲਾ ਕਿੱਥੋਂ ਆਇਆ, ਅਸਲਾ ਕਿੱਥੋਂ ਲੈ? ਇਹੀ ਅਸੀਂ ਪੁੱਛਿਆ ਕਿ 93,000 ਦੀ ਕਿਹੜਾ ਅਸਲਾ ਸੀ, ਪਿਸਟਲ ਬੰਦਾ ਕਿੱਥੋਂ ਲੈ ਸਕਦਾ ਜਿਹੜਾ ਗਰੀਬ ਹੈ? ਹਾਂ, ਗਰੀਬ ਬੰਦਾ ਤਾਂ ਰੋਟੀ ਨਹੀਂ ਖਾ ਸਕਦਾ। ਉਹਨਾਂ ਨੇ ਕਿਹਾ ਕਿ ਇਹਨੇ ਬੈਂਕ ਤੋਂ ਲੋਨ ਲਿੱਤਾ, ਅਸੀਂ ਕਿਹਾ ਸਾਨੂੰ ਬੈਂਕ ਅਕਾਊਂਟ ਦਿਖਾਓ, ਪੁਲਿਸ ਵਾਲੇ ਕਹਿ ਰਹੇ ਅਸੀਂ ਵੈਰੀਫਾਈ ਕਰ ਰਹੇ ਹਾਂ। ਜਿਹਨੇ ਦੁਕਾਨਾਂ ਦਾ ਕਿਰਾਇਆ ਆਉਂਦਾ ਤੇ ਉਹਦਾ ਆਪਣਾ ਕਹਿ ਰਹੇ, ਉਹ ਗਰੀਬ ਕਿੱਥੋਂ ਹੁੰਦੇ? ਬਿਲਕੁਲ। ਦੂਸਰੀ ਗੱਲ ਹੈ ਕਿ ਉਹਦੀ ਲੜਕੀ ਰਸ਼ੀਆ ਵਿੱਚ ਯੂਕਰੇਨ ਵਿੱਚ ਪੜ੍ਹ ਰਹੀ ਸੀਗੀ, ਜੇ ਉਹ ਗਰੀਬ ਸੀ ਉਹਨੇ ਕਿੱਥੋਂ ਕਮਾਈ ਸੀ? ਗਰੀਬ ਐਰੋ ਸਿਟੀ 'ਚ ਉਹਦਾ ਪਲੋਟ ਸੀਗਾ। ਉਹ ਸਾਨੂੰ ਚਿੱਠੀ ਮਿਲੀ ਬਾਅਦ ਵਿੱਚ, ਉਹਨਾਂ ਤੁਹਾਨੂੰ ਦੱਸ ਰਹੀ ਹੈ ਕਿ ਅਸੀਂ ਚਲੋ ਬਹੁਤ ਜ਼ਿਆਦਾ ਸਾਰਿਆਂ ਤੋਂ ਮੰਗਦੇ ਰਹੇ, RTI ਤੋਂ ਮੰਗਦੇ ਰਹੇ। ਫਿਰ ਸਾਨੂੰ ਪਤਾ ਲੱਗਾ, ਨੇਹਾ ਦੀ ਚਿੱਠੀ ਮਿਲੀ ਕਿ ਬਿਊਪਰ ਨੋਰਫਿਨ ਜਿਹੜੀ ਗੋਲੀ ਹੈ। ਉਹ ਚਿੱਠੀ ਕਿੱਥੋਂ ਮਿਲੀ ਸੀ? RTI ਰਹੇ? ਨਹੀਂ, RTI ਰਾਹੀਂ ਨਹੀਂ ਮਿਲੀ ਅੱਜ ਤੱਕ ਵੀ। ਨੇਹਾ ਨੇ ਆਪਣੀ ਇੱਕ ਚਿੱਠੀ ਲਿਖੀ ਹੋਈ ਸੀਗੀ ਕਿ ਉਹਦੀ ਡਿਊਟੀ ਲੱਗੀ ਹੋਈ ਹੈ, ਕੋਈ ਸੈਂਟਰ ਦੀ ਟੀਮ ਆਈ ਹੋਈ ਹੈ, ਉਹਦੇ ਸਾਰੇ ਡਰੱਗ ਇੰਸਪੈਕਟਰ ਪ੍ਰੀ ਐਡਿਕਸ਼ਨ ਸੈਂਟਰਾਂ 'ਚ, ਨਸ਼ਾ ਮੁਕਤੀ ਕੇਂਦਰਾਂ 'ਚ ਜਾਂਦੇ ਆ, ਉੱਥੇ ਦੇਖਦੇ ਹਾਂ ਕਿ ਜਵਾਨਾਂ ਨੂੰ ਦੇ ਰਹੇ ਆ ਗੋਲੀਆਂ ਕਿ ਨਹੀਂ ਦੇ ਰਿਹਾ। ਇਹ ਅਸੀਂ ਆਪ ਘੁੰਮ ਘੁੰਮ ਕੇ ਤੱਕੇ ਖਾ ਖਾ ਕੇ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ, ਪੁਲਿਸ ਨੇ ਸਾਨੂੰ ਕੁਝ ਨਹੀਂ ਦਿੱਤਾ। ਨਹੀਂ, ਜਦੋਂ ਕਲੋਜ਼ਰ ਰਿਪੋਰਟ ਹੋ ਗਈ, ਸਭ ਕੁਝ ਹੋ ਗਿਆ, ਸਾਨੂੰ ਪਤਾ ਲੱਗਿਆ ਕਿ ਬਿਊਪਰ ਨੋਰਫਿਨ ਦਾ ਚੱਕਰ ਹੈ ਤਾਂ। ਅਸੀਂ ਕਮ ਸੇ ਕਮ 10 ਚਿੱਠੀਆਂ ਭਗਵੰਤ ਮਾਨ ਨੂੰ ਲਿਖ ਚੁੱਕੇ ਹਾਂ ਕਿ ਸਾਨੂੰ ਸਿਰਫ 2 ਮਿੰਟ ਦਾ ਟਾਈਮ ਦੇ ਦਿਓ ਮਿਲਣ ਦਾ, 2 ਮਿੰਟ ਦਾ ਟਾਈਮ ਦੇ ਦਿਓ। ਆਇਆ ਨਹੀਂ ਕੋਈ ਵੀ ਜਵਾਬ? ਬਿਲਕੁਲ ਨਹੀਂ, ਜਵਾਬ ਹੀ ਨਹੀਂ ਆਉਂਦਾ ਕੋਈ। ਮੇਰੇ ਬੇਟੇ ਦਾ ਜੀ ਕਿ ਉਹਦਾ ਐਕਸੀਡੈਂਟ ਹੋ ਗਿਆ, ਕਿਉਂਕਿ ਮੇਰੇ ਹਸਬੈਂਡ ਹਾਰਟ ਪੇਸ਼ੈਂਟ ਹੈ, ਉਹਨੇ ਦੱਸਿਆ ਨਹੀਂ ਕਿ ਉਹਨੂੰ ਮਾਰ ਦਿੱਤਾ ਗਿਆ, ਸਾਨੂੰ ਪਤਾ ਵੀ ਨਹੀਂ ਸੀ ਕਿ ਇਹਨੂੰ ਜਿੰਦਾ ਜਾਂ ਨਹੀਂ ਹੈ ਜੀ। ਜਦੋਂ ਅਸੀਂ ਪਹੁੰਚੇ ਤਾਂ ਰਸਤੇ 'ਚ ਸਾਨੂੰ, ਅਸੀਂ ਲੋਕਾਂ ਨੂੰ ਫੋਨ ਕੀਤੇ ਤਾਂ ਪਤਾ ਲੱਗਿਆ ਕਿ ਗੋਲੀ ਚੱਲੀ ਆ,
पर ये नहीं सी भी मैडम दे गोली लगी है उसे किसी बंदे ने ऑफिस तो जवाब दिता असी जो जा रहे थे फिर उन्होंने कहा कि तुसी खरड़ ऑफिस से ना आओ खरड़ हस्पताल ना आओ कहते खरड़ असी पहले हस्पताल लै गए फिर रस्ते सानू पता लगा उन्होंने की कहा तुसी सीधे मैक्स विच पहुंचो जी। असी जब तक मैक्स पहुंचे उत्थे बहुत मीडिया बहुत लोग आए हुए थे उत्थे जाके सानू पता लगा कि गोली खरड़ च नहीं चली गोलियां उस साड़ी बेटी नू मारियां गईयां दफ्तर दे विच बढ़ के वो कम कर रही सी अपने लैपटॉप ते ते एक बंदा एंटर किया उन्हें जाके निहाल गोलियां मारतियां मेरी बेटी दे और वो बंदा आराम नाल पौड़ियां चों उतर के चला गया। दो तीन सैकंड मिनटां बाद ही खबर आ गई उन्होंने सानू दस्या गया कि उस बंदे ने अपने आप नू मार के अपना आत्महत्या कर ली और जब असी मैक्स विच पहुंचे असी देखिया कि सानू लग्या कि गोली चली कदी लग गई होएगी पर जब असी अंदर पहुंचे सानू पता लगे उहदे च तां है ही नहीं सी और बेटी खत्म ही हो गई सीगी। असी पुछण की कोशिश की सानू उस वेले समझ ही नहीं आया कि साडे नाल की हो गया सी। नेहा दे शरीर ते 8 निशान सीगे 8 एग्जिट वुंड है तो 4 गोलियां नाल 8 निशान कदी हो ही नहीं सकते नैक्सट टू इम्पोसीबल। और जड़ियाँ दो बचियाँ दो गोलियाँ उन्हें अपने मारियाँ इन्होंने वो सानू गोलियाँ की रिपोर्ट ही नहीं दिती कोई भी बस एक कहानी लिख के कि 11 साल की वो दुश्मनी सी नेहा ने लाइसेंस कैंसल किया सीगा वो दुश्मनी 11 साल पालदा रहा और उसने इनू आके मारता। वो बंदा नेहा के कमरे के बाहर CCTV लगे हुए हैं CCTV कैमराज हैं लिफ्ट सी उत्थे फर्स्ट फ्लोर से दफ्तर सीगा वो नेहा नू मारन तो बाद एडा खुश गया उहदे CCTV कैमरे च तुसी देख लो YouTube ते हैगा सब कुछ 8 सैकेंड चो नेहा नू मार के आ गया। जे उहदा मकसद पूरा हो गया सी उहने उत्थे अपने आप नू क्यों नहीं मारिया वो पौड़ियां उतर के गया पौड़ियां च लोकी खड़े गल्लां करदे आ इह मैं नहीं कहिंदी YouTube ते सारा कुछ तुसी कैमरिया चो देख सकदे हो। जदों उह बंदे गल्लां कर रहे सी उहनां नू नहीं पता लग्या कि बंदा इत्थे गोलियां चला के गया साडे किसे अफसर नू मार के गया तो सड़क ते चाह पी के आंदा बंदा उनू किदा पता लग गया कि है मैडम नू मार के आया। बिल्कुल ए भी ए पुलिस ने कमियां बहुत है मैं थानू दसा गणान लगी है तो बहुत है क्योंकि पुलिस ने कुछ करना ही नहीं चाहती सिर्फ अपनी एक इन्हां ने एक झूठी कहानी लेके लोगों नू कहंदे ते विश्वास दिलवा रहे हैं इदां तो नहीं हुंदा ना उम्र नहीं रह गई। मैं तो यही कहनी है भी पंजाब गवर्नमेंट नू चाहिए कि जिदा ना बच्चा मारदे आ ना उन्होंने माँ प्यो ने भी नाल मार दो। 30,000 बच्चे मर चुके हैं पंजाब के दवाइया ले लैके इन्हों ड्रग्स करके इन्हों पता नहीं कौन बेचता सब पता इन्हों खत्म करता उन्होंने पंजाब जवानी खत्म करती पंजाब की इन्ने माँ बाप रोंदे है मेरी बेटी में इन्ने फोन आते होंगे सी उत्थे नशा बिकता उत्थे नशा बिकता वो तो बर्दाश्त नहीं जमता हूँ मैं चाहती हूँ पंजाब की हालत देखती हूँ इन्ने लोग उत्थे रोंदे है लोग आके मामा रोंदियाँ प्यो रोंदे साढ़े नाल आके इन्होंने कितों के इन्ना बर्दाश्त करनगे कितनिया बदवामा सी इन्होंने दिने उजाड़ के रखता इन्होंने पंजाब फिर पुलिस कुछ करती नहीं है इन्होंने की असी ज्यादा बोला कि सानू मार देंगे मैं तो कहनी मार दो मैं तो उदन भी किया जिन दिन मेरी बेटी मारिया कि जिनी देर तो माँ प्यो जिंदा रहेंगे ना असं इंसाफ नहीं लड़ांगे हूँ ही सानू मार दो तो थोड़े लिए टेंशन खत्म हो जाएगी। 100 करोड़ गोली जी हैगी है वह कपला होया बिलफ्रेज हुई है ਉਹ ਡੀ ਐਡਿਕਸ਼ਨ ਸੈਂਟਰਾਂ 'ਚ ਨਹੀਂ ਜਾਂਦੀ ਉਹ ਬਾਹਰ ਵੇਚਤੀ ਜਾਂਦੀ ਹੈ ਮੁੰਡਿਆਂ ਨੂੰ ਸਪਲਾਈ ਹੁੰਦੀ ਹੈ ਜਿਹੜੀ ਮੁੰਡਿਆਂ ਲਈ ਦਿੱਤੀ ਜਾਂਦੀ ਹੈ ਡੀ ਐਡਿਕਸ਼ਨ ਸੈਂਟਰ ਲਈ ਦਿੱਤੀ ਜਾਂਦੀ ਹੈ ਮੁੰਡੇ ਜਾਂ ਕੁੜੀਆਂ ਉਹ ਉਹਨਾਂ ਨੂੰ ਨਾ ਦੇ ਕੇ ਬਾਹਰ ਸਪਲਾਈ ਕਰ ਰਹੇ ਹੈ ਤਸਕਰ ਬਾਹਰ ਸਪਲਾਈ ਹਾਂਜੀ ਜਿਹੜੀ 5 ਜਾਂ 6 ਰੁਪਏ ਦੀ ਗੋਲੀ ਹੈ ਉਹ 50 ਰੁਪਏ ਤੋਂ ਲੈ ਕੇ 100-150 ਤੱਕ ਇਹ ਬਾਹਰ ਵੇਚ ਰਹੇ ਹੈ ਉਹਨੇ ਬਸ ਇੰਨੀ ਰਿਪੋਰਟ ਲਿਖੀ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਪੁੱਛ ਰਹੀ ਸੀ ਇੰਨੀਆਂ ਪੰਜਾਬ 'ਚ ਗੋਲੀਆਂ ਜਾ ਰਹੀਆਂ ਕੀ ਇੰਨੇ ਲੋਕ ਨਸ਼ਾ ਵੀ ਕਰਦੇ ਆ ਜਾਂ ਗੋਲੀਆਂ ਕਿੱਥੇ ਜਾ ਰਹੀਆਂ ਉਹਨੇ ਇਹ ਰਿਪੋਰਟ ਦਿੱਤੀ ਉਹਨੇ ਇਹ ਰਿਪੋਰਟ ਲਿਖ ਕੇ ਜੁਆਇੰਟ ਡਾਇਰੈਕਟਰ ਨੂੰ ਦਿੱਤੀ ਹੋਣੀ ਹੈ ਨੈਚੁਰਲੀ ਉਹਨੂੰ ਦਿੱਤੀ ਸਾਨੂੰ ਉਹਦੀ ਕਾਪੀ ਮਿਲੀ ਤਾਂ ਪਤਾ ਲੱਗਾ ਹੁਣ ਇਹ ਡਾਇਰੈਕਟ ਕਿੱਥੋਂ ਲੀਕ ਹੋਈ ਇਹ ਰਿਪੋਰਟ ਜੁਆਇੰਟ ਡਾਇਰੈਕਟਰ ਨੇ ਕਿਸੇ ਨੂੰ ਦੱਸਿਆ ਜਾਂ ਡੀ ਐਡਿਕਸ਼ਨ ਸੈਂਟਰ ਵਾਲਿਆਂ ਨੇ ਕਿਸੇ ਨੂੰ ਕਿੱਥੇ ਦੱਸਿਆ ਕਿਹੜਾ ਮਾਫੀਆ ਜਿਨ੍ਹਾਂ ਨੂੰ ਇਹਨਾਂ ਨੇ ਦੱਸਿਆ ਉਹਨੂੰ ਜਦੋਂ ਇਹਨਾਂ ਨੇ ਮਾਰਤਾ ਮਾਫੀਆ ਨੇ ਮਾਰਤਾ ਉਹਨੂੰ ਦਫ਼ਤਰ 'ਚ ਕੋਈ ਨਹੀਂ ਸੀ ਉਹਦੇ ਕਮਰੇ 'ਚ ਸਿਰਫ ਮੇਰੀ 6 ਸਾਲ ਦੀ ਇੱਕ ਪੋਤੀ ਸੀ ਉਹ ਦਿਨ ਉਹਨੇ ਛੁੱਟੀ ਲੈ ਕੇ ਆਉਣਾ ਸੀ ਨੇਹਾ ਨੇ ਜਲਦੀ ਉਹ ਬਿਮਾਰ ਸੀ ਅਤੇ ਕਹਿੰਦੀ ਮੈਂ ਨਾਲ ਜਾਂਦੇ ਸੀ ਉਹਨੂੰ ਲੈਂਗੁਏਜ ਨਹੀਂ ਸੀ ਆਉਂਦੀ ਉਹ ਬਾਹਰੋਂ ਆਈ ਹੋਈ ਸੀਗੀ ਉਹਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਉਹਨੂੰ ਇੰਨਾ ਪਤਾ ਹੈ ਕਿ ਉਹਨੇ ਪਹਿਲੀ ਵਾਰੀ ਇੱਥੇ ਹੋਲੀ ਦੇਖੀ ਸੀ ਆ ਕੇ ਤਾਂ ਹੋਲੀ ਹੋ ਕੇ ਹਟੀ ਸੀ
ਕਹਿੰਦੇ ਉਹਨੇ ਬੱਚਿਆਂ ਨੇ ਜਿੰਨਾ ਕੁ ਦੱਸ ਪਾਇਆ ਕਿ ਮੈਂ ਇੱਕ ਬੰਦਾ ਐਂਟਰ ਕੀਤਾ, ਉਹਨੇ ਕਿਹਾ ਹੈਪੀ ਹੋਲੀ, ਉਸ ਤੋਂ ਬਾਅਦ ਉਹਨੇ ਬੂਆ ਕੇ ਉੱਪਰ ਹੀ ਫਾਇਰਡ, ਔਰ ਉਸਨੂੰ ਲੱਗਿਆ ਕਿ ਬਲੱਡ ਦੀ ਜਗ੍ਹਾ 'ਤੇ ਕਲਰਸ ਹੈ ਇਹ, ਬੱਚਾ ਸਮਝ ਨਹੀਂ ਪਾਇਆ। ਜਦੋਂ ਉਹਨੂੰ ਲੈ ਗਏ ਉਠਾ ਕੇ, ਉਹ ਗਿਰ ਗਈ ਉੱਥੇ, ਉਹਨੇ ਦੱਸਿਆ ਕਿ ਇੱਕ ਬੁਲੇਟ ਲੱਗਣ ਤੋਂ ਬਾਅਦ ਸ਼ਿਕੋਟਾ, ਜਦੋਂ ਉਹਨੇ ਪਹਿਲੀ ਵਾਰੀ ਰੰਗ ਸੁੱਟਿਆ ਉਹਦੇ ਵੱਲੋਂ ਤਾਂ ਉੱਠੀ ਹਾਊ ਡੇਅਰ ਯੂ ਕਰਕੇ, ਉਸ ਤੋਂ ਬਾਅਦ ਉਹਨੇ ਅੰਧਾਧੁੰਦ ਗੋਲੀਆਂ ਚਲਾਤੀਆਂ, ਉਹ ਗਿਰ ਗਈ। ਉਹ ਅਥਲੀਟ ਸੀ ਉਹ ਕਾਲਜ ਦੀ, ਕੋਈ ਇੱਦਾਂ ਦੀ ਲੜਕੀ ਨਹੀਂ ਸੀ, ਵੈਲ ਬਿਲਟ ਸੀ, ਸਟਰੋਂਗ ਸੀ। ਕਿਸੇ ਨੇ ਤਾਂ ਦੱਸਿਆ ਉਹਨੂੰ ਕਿ ਇਸ ਵੇਲੇ ਦਫ਼ਤਰ 'ਚ ਇਕੱਲੀ ਹੈ, ਤੁਸੀਂ ਆ ਜਾਓ। ਨੇਹਾ ਦੇ ਦਫ਼ਤਰ 'ਚ ਸੀਟ ਉਹਦੀ ਪਿੱਛੇ ਸੀਗੀ, ਅੱਗੇ ਇੱਕ ਕੰਪਿਊਟਰ ਆਪਰੇਟਰ ਬੈਠਦਾ ਸੀ ਜਿਹੜਾ ਟੈਂਪਰੇਰੀ ਐਡਹੋਕ 'ਤੇ ਇੰਪਲੋਈ ਹੁੰਦੇ ਆ, ਉਹ ਨਹੀਂ ਸੀ ਉਸ, ਉਹ ਬੈਠਦਾ ਸੀ ਉੱਥੇ, ਉਹ ਉਸ ਵੇਲੇ ਦਫ਼ਤਰ 'ਚ ਨਹੀਂ ਸੀ। ਪਰ ਪੁਲਿਸ ਨੇ ਸਾਨੂੰ ਬਿਆਨ ਦਿਖਾਏ ਉਹਦੇ ਰਿਟਰਨ ਕਿ ਉਹ ਦਫ਼ਤਰ 'ਚ ਬੈਠਿਆ ਸੀ, ਉਹਨੇ ਦੱਸਿਆ ਕਿ ਇੱਕ ਬੰਦਾ ਬੈਗ ਲੈ ਕੇ ਆਇਆ ਔਰ ਮੈਡਮ ਕੋਲ ਚਲਾ ਗਿਆ, ਉਹਨੇ ਮੈਡਮ 'ਤੇ ਗੋਲੀਆਂ ਚਲਾਤੀਆਂ। ਅਸੀਂ ਪੁਲਿਸ ਵਾਲੇ ਨੂੰ ਕਨਫਰੰਟ ਕੀਤਾ ਮੀਟਿੰਗ 'ਚ ਕਿ ਉਹ ਬੰਦਾ ਉੱਥੇ ਨਹੀਂ ਸੀ, ਜੇ ਉਹ ਬੰਦਾ ਸੀਗਾ ਉਹਨੇ ਫੜਿਆ ਕਿਉਂ ਨਹੀਂ, ਜੇ ਉਹ ਬੰਦਾ ਕੁਛ ਵੀ ਨਹੀਂ ਕਰ ਪਾਇਆ, ਜਦੋਂ ਨੇਹਾ ਨੂੰ ਮਾਰਤਾ ਸੀ ਕੁੰਡੀ ਤਾਂ ਲਾ ਸਕਦਾ ਸੀ, ਜਾਂ ਉਹ ਬੰਦਾ ਰੋਲਾ ਤਾਂ ਪਾ ਸਕਦਾ ਸੀ। ਨਹੀਂ, ਇਹਨਾਂ ਨੇ ਕੁਛ ਨਹੀਂ ਉਸ ਬੰਦੇ 'ਤੇ ਐਕਸ਼ਨ ਲਿੱਤਾ। ਉਹ ਬੰਦਾ ਇੱਥੋਂ ਦਾ ਹੀ ਹੈ, ਪੰਜਾਬ ਦਾ ਹੀ ਹੈ, ਅਤੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਨਹੀਂ, ਇੰਟਰੋਗੇਟ ਵੀ ਨਹੀਂ ਕੀਤਾ। ਅਸੀਂ ਕਿਹਾ ਤੁਸੀਂ ਕਿਸੇ ਨੂੰ ਫੜਿਆ ਹੋਣਾ, ਦੋ ਥੱਪੜ ਮਾਰੋ ਤਾਂ ਬੰਦਾ, ਪੰਜਾਬ ਪੁਲਿਸ ਤਾਂ ਕੁੱਟ ਕੁੱਟ ਕੇ ਜਾਨ ਲੋਕਾਂ ਦੀ ਕੱਢ ਦਿੰਦੀ ਹੈ। ਫੋਰਥ ਫਲੋਰ ਦੇ ਉੱਤੇ ਫੋਰੈਂਸਿਕ ਵਾਲਿਆਂ ਨੇ, ਪੁਲਿਸ ਵਾਲੇ ਉੱਥੇ 15-20 ਪੁਲਿਸ ਵਾਲੇ ਡਿਊਟੀ ਦਿੰਦੇ ਫੋਰਥ ਫਲੋਰ 'ਤੇ, ਉੱਥੇ ਜਿਹੜੇ ਫੋਰੈਂਸਿਕ ਵਾਲੇ ਜਿਹੜੇ ਮਰਡਰਸ ਹੋ ਜਾਂਦੇ ਉਹਨਾਂ ਦੇ ਉੱਥੇ ਬੋਡੀ ਦੇ ਜਿਹੜੇ ਪਾਰਟਸ ਹੁੰਦੇ ਉੱਪਰ ਇਹਨਾਂ ਨੇ ਜਮ੍ਹਾਂ ਕੀਤੇ ਹੁੰਦੇ ਆ, ਉੱਥੇ 15-20 ਪੁਲਿਸ ਵਾਲਿਆਂ ਦੀ ਡਿਊਟੀ ਹੁੰਦੀ ਹੈ, 5-6 ਵੀ ਰੱਖ ਲਓ ਤੁਸੀਂ ਜਿੰਨੇ ਵੀ ਹੁੰਦੇ ਆ, ਉਹਦੇ ਵਿੱਚ ਫੂਡ ਵਾਲਿਆਂ ਦਾ ਵੀ ਦਫ਼ਤਰ ਹੈਗਾ। ਤਾਂ ਇੱਕ ਬੰਦਾ ਅਚਾਨਕ ਕਿੱਦਾਂ ਆ ਕੇ, ਉਹਨੂੰ ਪਤਾ ਕਿ CCTV ਕੈਮਰਾ ਇੱਥੇ ਲੱਗੇ ਹੋਏ ਆ, ਤਾਂ ਉਹ ਆ ਕੇ ਨੇਹਾ ਨੂੰ ਕਿੱਦਾਂ ਐਂਟਰ ਕਰਕੇ ਮਾਰ ਦਿੰਦਾ? ਸਾਨੂੰ ਇਹ ਦੱਸ ਦਿਓ ਕਿ ਸਾਡੀ ਬੇਟੀ ਨੂੰ ਕਿਉਂ ਮਾਰਿਆ ਗਿਆ, ਕਿਉਂਕਿ ਸਾਨੂੰ ਨਹੀਂ ਸੀ ਪਤਾ ਕਿਉਂ ਮਾਰਿਆ ਗਿਆ ਉਸ ਵੇਲੇ। ਉਹ ਤਾਂ ਬਾਅਦ ਵਿੱਚ ਸਾਨੂੰ ਜਦੋਂ ਉਹਦੀ ਰਿਪੋਰਟ ਮਿਲੀ ਤਾਂ ਪਤਾ ਲੱਗਿਆ, ਤਾਂ ਕੈਪਟਨ ਨੇ ਕਿਹਾ ਕਿ ਮੈਂ, ਉਹ ਤਾਂ ਜੀ ਮੇਰੀ ਧੀ ਸੀ, ਮੈਂ ਇਹਨਾਂ ਨਾਲ ਲੜਾਈ ਲੜੀ ਹੈ, ਮੇਰਾ ਫੌਜੀ ਭਾਈ ਹੈ, ਉਹ ਤੁਹਾਡੀ ਧੀ ਨਹੀਂ, ਪੰਜਾਬ ਦੀ ਧੀ ਸੀ, ਉਹ ਮੇਰੀ ਧੀ ਸੀ, ਤੁਹਾਨੂੰ ਮੈਂ ਇਨਸਾਫ ਦੇਵਾਂਗਾ, ਤੁਹਾਡੀ ਮਦਦ ਕਰਾਂਗਾ। ਅਸੀਂ ਉਹਨੂੰ ਕਿਹਾ CBI ਨੂੰ ਦੇ ਦਿਓ ਕੇਸ, ਸਾਨੂੰ ਪੰਜਾਬ ਪੁਲਿਸ 'ਤੇ ਵਿਸ਼ਵਾਸ ਨਹੀਂ ਹੈ। ਮੈਂ ਨਹੀਂ ਕਹਿ ਰਹੀ ਕਿ ਸਾਰੇ ਅਫਸਰ ਖਰਾਬ ਹੈ, ਪਰ ਚਾਰ ਸਿੱਟ ਬਿਠਾਉਣ ਤੋਂ ਬਾਅਦ ਵੀ ਜਿਹੜਾ ਕੁਛ ਨਹੀਂ ਕਰ ਪਾਇਆ, ਉਸ ਪੰਜਾਬ ਪੁਲਿਸ ਨੂੰ ਤੁਸੀਂ ਕਿੱਦਾਂ ਸਲੂਟ ਕਰੋਗੇ, ਇਹ ਦੱਸੋ।